ਪੁਲਿਸ ਦੀ ਕਸਟਡੀ ਚੋਂ ਕੈਦੀ ਹੋਇਆ ਫਰਾਰ। ਇੱਕ ਦਿਨ ਪਹਿਲਾਂ ਹੀ ਪੁਲਿਸ ਨੇ ਕੀਤਾ ਸੀ ਕਾਬੂ। ਤਾਂ ਗੌਰ ਨਾਲ ਵੇਖੋ ਇਸ ਤਸਵੀਰ ਨੂੰ। ਇਹ ਸ਼ਖਸ ਪੁਲਿਸ ਦੀ ਕਸਟਡੀ ਚੋਂ ਫਰਾਰ ਹੋਇਆ ਇੱਕ ਕੈਦੀ ਹੈ, ਜਿਸ ਨੂੰ ਕਿ ਪੁਲਿਸ ਦੇ ਵੱਲੋਂ ਇੱਕ ਦਿਨ ਪਹਿਲਾਂ ਹੀ ਹਾਲੇ ਕਾਬੂ ਕੀਤਾ ਗਿਆ ਸੀ, ਜਿਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਜਗ੍ਹਾ ਜਗ੍ਹਾ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਤਾਂ ਗੰਭੀਰ ਧਾਰਾਵਾਂ ਦੇ ਵਿੱਚ ਨਾਮਜ਼ਦ ਹੈ ਕੈਦੀ। ਤਾਂ ਤੁਹਾਨੂੰ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਇਸ ਨੂੰ ਪੇਸ਼ੀ ਦੇ ਲਈ ਅਦਾਲਤ ਲਿਜਾਇਆ ਜਾ ਰਿਹਾ ਸੀ। ਤਾਂ ਇਹ ਕੈਦੀ ਪਹਿਲਾਂ ਹੀ ਪੁਲਿਸ ਨੂੰ ਚੱਕਮਾ ਦੇ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਤਾਂ ਹੁਣ ਪੁਲਿਸ ਦੇ ਵੱਲੋਂ ਇਸ ਦੀ ਇਹ ਫੋਟੋ ਸ਼ੇਅਰ ਕੀਤੀ ਗਈ ਹੈ। ਤਾਂ ਤੁਸੀਂ ਵੀ ਇਸ ਕੈਦੀ ਨੂੰ ਫੜਨ ਦੇ ਵਿੱਚ ਪੁਲਿਸ ਦੀ ਮਦਦ ਜ਼ਰੂਰ ਕਰੋ। ਤਾਂ ਦੱਸ ਦਈਏ ਕਿ ਕੋਟਕਪੁਰਾ ਤੋਂ ਇਹ ਕੈਦੀ ਫਰਾਰ ਹੋਇਆ ਹੈ ਤੇ ਫਰੀਦਕੋਟ ਦਾ ਰਹਿਣ ਵਾਲਾ ਹੈ ਤੇ ਨਾਮ ਇਸਦਾ ਅੰਗਰੇਜ਼ ਸਿੰਘ ਹੈ। ਤਾਂ ਇਹ ਫੋਟੋ ਪੁਲਿਸ ਦੇ ਵੱਲੋਂ ਜਨਤਕ ਕੀਤੀ ਗਈ ਹੈ ਤਾਂ ਕਿ ਇਸ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾ ਸਕੇ। ਤਾਂ ਤੁਹਾਨੂੰ ਕਿਤੇ ਵੀ ਇਸ ਸ਼ਖਸ ਦੀ ਮੌਜੂਦਗੀ ਦਿਖਦੀ ਹੈ ਤਾਂ ਪੁਲਿਸ ਨੂੰ ਜ਼ਰੂਰ ਸੂਚਿਤ ਕਰੋ। ਤਾਂ ਦੱਸ ਦਈਏ ਕਿ ਕੈਦੀ ਪੁਲਿਸ ਦੀ ਕਸਟਡੀ ਚੋਂ ਫਰਾਰ ਹੋਇਆ। ਪੁਲਿਸ ਦੀ ਕਸਟਡੀ ਚੋਂ ਕੈਦੀ ਹੋਇਆ ਫਰਾਰ। ਇੱਕ ਦਿਨ ਪਹਿਲਾਂ ਹੀ ਪੁਲਿਸ ਨੇ ਕੀਤਾ ਸੀ ਕਾਬੂ। ਤਾਂ ਗੌਰ ਨਾਲ ਵੇਖੋ ਇਸ ਤਸਵੀਰ ਨੂੰ। ਇਹ ਸ਼ਖਸ ਪੁਲਿਸ ਦੀ ਕਸਟਡੀ ਚੋਂ ਫਰਾਰ ਹੋਇਆ ਇੱਕ ਕੈਦੀ ਹੈ, ਜਿਸ ਨੂੰ ਕਿ ਪੁਲਿਸ ਦੇ ਵੱਲੋਂ ਇੱਕ ਦਿਨ ਪਹਿਲਾਂ ਹੀ ਹਾਲੇ ਕਾਬੂ ਕੀਤਾ ਗਿਆ ਸੀ, ਜਿਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਜਗ੍ਹਾ ਜਗ੍ਹਾ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਤਾਂ ਗੰਭੀਰ ਧਾਰਾਵਾਂ ਦੇ ਵਿੱਚ ਨਾਮਜ਼ਦ ਹੈ ਕੈਦੀ। ਤਾਂ ਤੁਹਾਨੂੰ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਇਸ ਨੂੰ ਪੇਸ਼ੀ ਦੇ ਲਈ ਅਦਾਲਤ ਲਿਜਾਇਆ ਜਾ ਰਿਹਾ ਸੀ। ਤਾਂ ਇਹ ਕੈਦੀ ਪਹਿਲਾਂ ਹੀ ਪੁਲਿਸ ਨੂੰ ਚੱਕਮਾ ਦੇ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਤਾਂ ਹੁਣ ਪੁਲਿਸ ਦੇ ਵੱਲੋਂ ਇਸ ਦੀ ਇਹ ਫੋਟੋ ਸ਼ੇਅਰ ਕੀਤੀ ਗਈ ਹੈ। ਤਾਂ ਤੁਸੀਂ ਵੀ ਇਸ ਕੈਦੀ ਨੂੰ ਫੜਨ ਦੇ ਵਿੱਚ ਪੁਲਿਸ ਦੀ ਮਦਦ ਜ਼ਰੂਰ ਕਰੋ। ਤਾਂ ਦੱਸ ਦਈਏ ਕਿ ਕੋਟਕਪੁਰਾ ਤੋਂ ਇਹ ਕੈਦੀ ਫਰਾਰ ਹੋਇਆ ਹੈ ਤੇ ਫਰੀਦਕੋਟ ਦਾ ਰਹਿਣ ਵਾਲਾ ਹੈ ਤੇ ਨਾਮ ਇਸਦਾ ਅੰਗਰੇਜ਼ ਸਿੰਘ ਹੈ। ਤਾਂ ਇਹ ਫੋਟੋ ਪੁਲਿਸ ਦੇ ਵੱਲੋਂ ਜਨਤਕ ਕੀਤੀ ਗਈ ਹੈ ਤਾਂ ਕਿ ਇਸ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾ ਸਕੇ। ਤਾਂ ਤੁਹਾਨੂੰ ਕਿਤੇ ਵੀ ਇਸ ਸ਼ਖਸ ਦੀ ਮੌਜੂਦਗੀ ਦਿਖਦੀ ਹੈ ਤਾਂ ਪੁਲਿਸ ਨੂੰ ਜ਼ਰੂਰ ਸੂਚਿਤ ਕਰੋ। ਤਾਂ ਦੱਸ ਦਈਏ ਕਿ ਕੈਦੀ ਪੁਲਿਸ ਦੀ ਕਸਟਡੀ ਚੋਂ ਫਰਾਰ ਹੋਇਆ। ਪੁਲਿਸ ਦੀ ਕਸਟਡੀ ਚੋਂ ਕੈਦੀ ਹੋਇਆ ਫਰਾਰ। ਇੱਕ ਦਿਨ ਪਹਿਲਾਂ ਹੀ ਪੁਲਿਸ ਨੇ ਕੀਤਾ ਸੀ ਕਾਬੂ। ਤਾਂ ਗੌਰ ਨਾਲ ਵੇਖੋ ਇਸ ਤਸਵੀਰ ਨੂੰ। ਇਹ ਸ਼ਖਸ ਪੁਲਿਸ ਦੀ ਕਸਟਡੀ ਚੋਂ ਫਰਾਰ ਹੋਇਆ ਇੱਕ ਕੈਦੀ ਹੈ, ਜਿਸ ਨੂੰ ਕਿ ਪੁਲਿਸ ਦੇ ਵੱਲੋਂ ਇੱਕ ਦਿਨ ਪਹਿਲਾਂ ਹੀ ਹਾਲੇ ਕਾਬੂ ਕੀਤਾ ਗਿਆ ਸੀ, ਜਿਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਜਗ੍ਹਾ ਜਗ੍ਹਾ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਤਾਂ ਗੰਭੀਰ ਧਾਰਾਵਾਂ ਦੇ ਵਿੱਚ ਨਾਮਜ਼ਦ ਹੈ ਕੈਦੀ। ਤਾਂ ਤੁਹਾਨੂੰ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਇਸ ਨੂੰ ਪੇਸ਼ੀ ਦੇ ਲਈ ਅਦਾਲਤ ਲਿਜਾਇਆ ਜਾ ਰਿਹਾ ਸੀ। ਤਾਂ ਇਹ ਕੈਦੀ ਪਹਿਲਾਂ ਹੀ ਪੁਲਿਸ ਨੂੰ ਚੱਕਮਾ ਦੇ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਤਾਂ ਹੁਣ ਪੁਲਿਸ ਦੇ ਵੱਲੋਂ ਇਸ ਦੀ ਇਹ ਫੋਟੋ ਸ਼ੇਅਰ ਕੀਤੀ ਗਈ ਹੈ ਤਾਂ ਤੁਸੀਂ ਵੀ ਇਸ ਕੈਦੀ ਨੂੰ ਫੜਨ ਦੇ ਵਿੱਚ ਪੁਲਿਸ ਦੀ ਮਦਦ ਜ਼ਰੂਰ ਕਰੋ। ਤਾਂ ਦੱਸ ਦਈਏ ਕਿ ਕੋਟਕਪੁਰਾ ਤੋਂ ਇਹ ਕੈਦੀ ਫਰਾਰ ਹੋਇਆ ਹੈ ਤੇ ਫਰੀਦਕੋਟ ਦਾ ਰਹਿਣ ਵਾਲਾ ਹੈ ਤੇ ਨਾਮ ਇਸਦਾ ਅੰਗਰੇਜ਼ ਸਿੰਘ ਹੈ। ਤਾਂ ਇਹ ਫੋਟੋ ਪੁਲਿਸ ਦੇ ਵੱਲੋਂ ਜਨਤਕ ਕੀਤੀ ਗਈ ਹੈ ਤਾਂ ਕਿ ਇਸ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾ ਸਕੇ। ਤਾਂ ਤੁਹਾਨੂੰ ਕਿਤੇ ਵੀ ਇਸ ਸ਼ਖਸ ਦੀ ਮੌਜੂਦਗੀ ਦਿਖਦੀ ਹੈ ਤਾਂ ਪੁਲਿਸ ਨੂੰ ਜ਼ਰੂਰ ਸੂਚਿਤ ਕਰੋ। ਤਾਂ ਦੱਸ ਦਈਏ ਕਿ ਕੈਦੀ ਪੁਲਿਸ ਦੀ ਕਸਟਡੀ ਚੋਂ ਫਰਾਰ ਹੋਇਆ।